ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੋ ਰੈਲੀਆਂ ਨੂੰ ਸੰਬੋਧਨ ਕੀਤਾ ਹੈ। ਦੱਸਦੇ ਕਿ ਇਸ ਦੌਰਾਨ ਉਹਨਾਂ ਨੇ ਕਾਂਗਰਸ ਤੇ ਵੀ ਜੰਮ ਕੇ ਨਿਸ਼ਾਨੇ ਸਾਧਨੇ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਦੱਸਦੇ ਕਿ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਖਰੜ ਦੇ ਵਿੱਚ ਅਤੇ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਗਈਆਂ ਅਤੇ ਇਸ ਦੌਰਾਨ ਤਮਾਮ ਜੋ ਪਾਰਟੀ ਦੇ ਆਗੂ ਸਨ ਇਹਨਾਂ ਰੈਲੀਆਂ ਦੇ ਵਿੱਚ ਮੌਜੂਦ ਰਹੇ। ਰਾਜੇ ਮੰਗੂ ਨਹੀਂ ਜਿਹੜੇ ਰਾਤ ਨੂੰ ਦਾਰੂ ਪੀ ਗਏ, ਤਾਂ ਮੈਂ ਉਹਨੂੰ ਪਰਵਾਹ ਹੀ ਨਹੀਂ, ਫਿਕਰ ਹੀ ਨਹੀਂ। ਆਹ ਤਾਂ ਕਾਂਗਰਸ ਦੀ ਸੋਚ ਹੈ। ਇਸ ਕਰਕੇ ਆ ਪੰਥਕ ਇਲਾਕਾ ਹੈ, ਗੁਰੂ ਦੀ ਨਗਰੀ ਹੈ, ਸਾਨੂੰ ਮਾਣ ਹੈ, ਤੁਸੀਂ ਹਰ ਵਾਰ ਸਿਰ ਤੇ ਹੱਥ ਰੱਖਿਆ, ਪਰ ਇੱਥੇ ਕਈ ਲੋਕ ਧੜਿਆਂ 'ਚ ਬੰਨ ਕੇ ਆਪਣਾ ਨੁਕਸਾਨ ਹੋ ਜਾਂਦਾ ਹੈ। ਹੁਣ ਇਕੱਠੇ ਹੋ ਜਾਓ, ਆਹ ਬਹੁਤ ਵੱਡੀ ਜੰਗ ਹੈ। ਜੇ ਮੈਂ ਤੈਨੂੰ ਕਹਿ ਸਕਦਾ, ਅਕਾਲੀ ਦਲ ਦੀ ਸਾਰੇ ਧੜੇ ਇਕੱਠੇ ਹੋ ਜਾਣ, ਤੁਹਾਨੂੰ ਕੋਈ ਹਰਾ ਹੀ ਨਹੀਂ ਸਕਦਾ। ਆ ਜਿੰਨੇ ਵੀ ਆਮ ਆਦਮੀ ਪਾਰਟੀ ਵਾਲੇ, ਆ ਜਿੰਨੇ ਵੀ ਗੁਰੇ, ਸਾਰੇ ਹੀ ABC ਟੀਮ ਕਾਂਗਰਸ ਦੀ ਹੈ। ਆ ਰੋਜ਼ ਕੇਜਰੀਵਾਲ ਸਮਝੌਤਾ ਫਿਰਦਾ ਕਿਉਂ? ਆ ਸਾਰਿਆਂ ਦਾ ਇੱਕ ਨਿਸ਼ਾਨਾ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰੋ, ਨੁਮਾਇੰਦਾ ਜਥੇਬੰਦੀ ਨੂੰ ਕਮਜ਼ੋਰ ਕਰੋ। ਅੱਜ ਸਿੱਖ ਕੌਮ ਤਕੜੀ ਹੈ ਕਿਉਂਕਿ ਇੱਕ ਝੰਡੇ ਥੱਲੇ ਇਕੱਠੀ ਹੈ, ਇੱਕ ਪਾਰਟੀ ਥੱਲੇ ਇਕੱਠੀ ਹੈ, ਇੱਕ ਲੀਡਰ ਥੱਲੇ ਇਕੱਠੀ ਹੈ। ਜਿਹੜੀਆਂ ਕੌਮਾਂ ਵੰਡੀਆਂ ਜਾਂਦੀਆਂ ਉਹਨਾਂ ਦੀ ਤਾਕਤ ਵੀ ਵੰਡੀ ਜਾਂਦੀ ਹੈ, ਫਿਰ ਉਹ ਤਾਕਤ ਨਹੀਂ ਰਹਿੰਦੀ। ਅੱਜ ਹਿੰਦੁਸਤਾਨ ਦੁਨੀਆ 'ਚ ਕਿਤੇ ਵੀ ਕੋਈ ਸਿੱਖ ਭੈਣ ਭਰਾ ਨੂੰ ਸਮੱਸਿਆ ਹੋਏ, ਸਭ ਤੋਂ ਪਹਿਲੇ ਉਹ ਟੈਲੀਫੋਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਕਰਦੇ ਆ। ਸਿੱਕਮ ਵਿੱਚ ਗੁਰੂ ਘਰ ਦੀ ਸਮੱਸਿਆ ਆਈ, ਉੱਥੇ ਆਪਣੇ ਸਿੱਖ ਭੈਣ ਭਰਾ ਨੇ ਮੈਨੂੰ ਟੈਲੀਫੋਨ ਕੀਤਾ, ਮੈਂ ਹੋਮ ਮਿਨਿਸਟਰ ਨਾਲ ਗੱਲ ਕੀਤੀ, ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੇ ਨਾਲ ਦੇ ਨਾਲ ਮਸਲਾ ਹੱਲ ਹੋਇਆ। ਮਿਜ਼ੋਰਮ ਵਿੱਚ ਆਪਣੇ ਸਿੱਖ ਭੈਣ ਭਰਾ ਆਜ਼ਾਦੀ ਦੇ ਕੰਮ 'ਚ ਉੱਥੇ ਗਏ ਸੀ, ਉਹਨਾਂ ਨੂੰ ਉੱਥੋਂ ਕੱਢਣ ਲੱਗੇ ਸੀ, ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ, ਮੈਂ ਨਾਲ ਦੇ ਨਾਲ ਪ੍ਰਧਾਨ ਮੰਤਰੀ ਨੇ ਕਰਕੇ ਉਹਨਾਂ ਦੇ ਸਮੱਸਿਆ ਹੱਲ ਕਰਾਈ। ਕਿਉਂਕਿ ਉਹਨੂੰ ਮਾਣ ਹੈ, ਉਹਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਪੰਜਾਬ ਉਹਨਾਂ ਦੇ ਪੇਕੇ ਆ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਮਾਂ ਪਾਰਟੀ ਹੈ।